ਮਗਰਾਟਾਂ ਗਲੀਆਂ ਕੱਢਣ ਲੱਗੇ ਹੋਏ ਨੇ, ਠੀਕ ਹੈ ਜੀ। ਇੱਕ ਇੱਕ ਨਾਟਕ ਮਗਰਾਟਾਂ 'ਚ ਪਾਉਣੇ, ਫਰੇਮ ਆ ਇਹਦੇ, ਫੈਨ ਹੋ ਗਿਆ, ਬਾਰ ਲਾਈਟ ਹੋ ਗਈ, ਉਹ ਇੰਸਟਾਲ ਕਰਨ ਲੱਗਿਆ ਵਾ ਮੁੰਡਾ, ਨੋਟ ਐਡ ਕਰਤੇ। ਅਤੇ ਦੋਨੇ ਟਰੈਕਟਰਾਂ ਦੀ ਲੁੱਕ ਚੈੱਕ ਕਰੋ ਕਿੱਦਾਂ ਹੀ ਲੱਗਦੀ ਹੈ, ਦੇਖੋ। ਨਾਰ ਬੰਬ ਚੱਲਦਾ ਵੀ ਹੈ, ਨਾਰ ਬੰਬ ਲਓ ਜੀ। ਇਹਦੀ ਫਾਈਬਰ ਫਿੱਟ ਹੋ ਚੁੱਕੀ ਆ, ਫਰੰਟ ਬਾਰ ਫਿੱਟ ਹੋ ਚੁੱਕੀ ਆ, ਫੈਨ ਫਿੱਟ ਹੋ ਚੁੱਕਿਆ ਅਤੇ ਲਾਈਟਾਂ ਵੀ ਫਿੱਟ ਹੋ ਚੁੱਕੀਆਂ ਨੇ। ਦੇਖੋ ਜੀ ਕਿੰਨੀ ਸੋਹਣੀ ਲੁੱਕ ਨਿਕਲ ਗਈ ਆ ਟਰੈਕਟਰ ਦੀ। ਅਤੇ ਇਹਦੇ ਫਾਈਬਰ ਹੁੱਡ ਲੱਗਣੀ। ਨਾਮ ਹੈਗਾ ਵੀਰੇ ਰਾਜਕਰਨ ਧਾਲੀਵਾਲ, ਪਿੰਡ ਹੈਗਾ ਜੀ ਲਖਮੀਰ ਵਾਲਾ, ਸੁਨਾਮ ਆਪਣੋ ਤਹਿਸੀਲ ਪੈ ਜਾਂਦੀ ਆ, ਜ਼ਿਲ੍ਹਾ ਸੰਗਰੂਰ ਹੈ ਜੀ। ਅਤੇ ਕੰਮ ਵੀਰੇ ਆਪਣਾ ਬਹੁਤ ਤਸੱਲੀ ਬਖਸ਼ ਹੋ ਗਿਆ, ਜਿਵੇਂ ਵੀਡੀਓ 'ਚ ਦੇਖਿਆ ਸੀਗਾ ਉਸ ਤੋਂ ਵਧੀਆ ਹੀ ਹੋ ਗਿਆ ਜੀ। ਟਰੈਕਟਰ ਤਿਆਰ ਹੋ ਚੁੱਕੇ ਨੇ ਅਤੇ ਤੁਸੀਂ ਦੋਨੇ ਟਰੈਕਟਰਾਂ ਦੀ ਲੁੱਕ ਚੈੱਕ ਕਰ ਲਓ ਵੀ ਪਹਿਲਾਂ ਟਰੈਕਟਰ ਕਿੱਦਾਂ ਸੀ, ਠੀਕ ਹੈ ਜੀ। ਫਰੰਟ ਅਤੇ ਕਈ ਭਰਾ ਕਹਿੰਦੇ ਨੇ ਵੀ ਵੇਟ ਨੀਵੇਂ ਨੇ, ਇਹ ਵੇਟ ਵੀਰੇ ਨੀਵੇਂ ਨਹੀਂ ਹੈਗੇ, ਇਹ ਆਪਣਾ ਫੋਨ ਉੱਚਾ ਹੁੰਦਾ ਇਸ ਕਰਕੇ ਆਪਾਂ ਨੂੰ ਲੱਗਦਾ ਹੈ। ਇਹ ਵੇਟ ਨੇ ਜਿਹੜੇ ਆਹ ਪੱਟੀ ਤੋਂ ਉੱਚੇ ਨੇ, ਆਹ ਜਿਹੜੀ ਪੱਟੀ ਆ ਇਹ ਤੋਂ ਉੱਪਰ ਇਹਦੀ ਉੱਚਾਈ ਆਉਂਦੀ ਆ, ਨੀਵੇਂ ਨਹੀਂ ਹੈਗੇ, ਤੁਸੀਂ ਚੈੱਕ ਕਰ ਸਕਦੇ ਹੋ। ਆਹ ਦੇਖੋ ਜੀ ਪੂਰੇ ਐਂਡ ਗਰਾਊਂਡ ਫਲੋਰ ਆ, ਅਤੇ ਐਂ ਚੈੱਕ ਕਰ ਸਕਦੇ ਤੁਸੀਂ ਉੱਪਰ ਨੇ, ਕਿਉਂ ਫੋਨ ਆਪਣਾ ਉੱਚਾ ਹੁੰਦਾ, ਵੀਡੀਓ ਸ਼ੂਟ ਕਰਦੇ ਤਾਂ ਬਾਈਆਂ ਨੂੰ ਨੀਵੇਂ ਲੱਗੀ ਜਾਂਦੇ, ਕਈਆਂ ਦੇ ਕਮੈਂਟ ਆਏ ਸੀ ਵੀਰੇ ਵੇਟ ਨੀਵੇਂ ਨੇ, ਵੇਟ ਨੀਵੇਂ ਨੇ, ਫੁੱਲ ਵੇਟ ਉੱਚੇ ਨੇ। ਅਤੇ ਛੱਤ ਸ਼ੋਅ ਵੀ ਤੁਹਾਨੂੰ ਖੋਲ੍ਹ ਕੇ ਦਿਖਾਵਾਂਗੇ, ਸ਼ੋਅ ਦੀ ਵੀ ਸੈਟਿੰਗ ਇਸ ਹਿਸਾਬ ਨਾਲ ਕਰੀ ਵੀ ਆ ਵੀ ਟੱਚ ਨਾ ਹੋਵੇ, ਅਤੇ ਉੱਚੇ ਵੀ ਰਹਿਣ ਅਤੇ ਜ਼ਿਆਦਾ ਨੀਵੇਂ ਵੀ ਨਾ ਲੱਗਣ, ਇਸ ਹਿਸਾਬ ਨਾਲ ਆਪਣੇ ਚੁੱਲ੍ਹੇ ਦੀ ਡਿਜ਼ਾਇਨਿੰਗ ਕਰੀ ਵੀ ਆ ਜੀ। ਫੋਨ 'ਚ ਲੱਗਦੇ ਨੇ, ਰੀਅਲ 'ਚ ਗੱਲ ਅਸਲ ਪਤਾ ਲੱਗ ਜਾਏ, ਤੁਸੀਂ ਰੀਅਲ 'ਚ ਦੇਖਦੇ ਹੋ ਜਿਹੜੇ ਪੁਰਾਣੇ ਦੇਖ ਲਵਾਉਣੇ ਨੇ, ਤਾਂ ਜਦੋਂ ਤੁਸੀਂ ਰੀਅਲ 'ਤੇ ਸਾਡੀ ਵਰਕਸ਼ਾਪ 'ਤੇ ਆਏਗੇ ਤਾਂ ਤੁਹਾਨੂੰ ਪਤਾ ਲੱਗਣਾ ਵੀ ਕੀ ਕੁਆਲਿਟੀ ਆ ਕੀ ਹੈ। ਅਤੇ ਆਲ ਪੰਜਾਬ 'ਚ ਵੀਰੇ ਸਿਰਫ ਓਨਲੀ ਵਨ ਜਿਹੜੇ ਲੋਹੇ ਦੇ ਵੇਟ ਆਪਾਂ ਲਾ ਰਹੇ ਹਾਂ, ਨਹੀਂ ਵਾਲਾ ਫਾਈਬਰ ਸੋਰੀ ਦੇਗੀ ਲਾਉਂਦੇ ਨੇ, ਆਪਾਂ ਸਾਰੇ ਜਿੰਨੇ ਹੁਣ ਤੱਕ ਟਰੈਕਟਰ ਤਿਆਰ ਕਰ ਰਹੇ ਹਾਂ ਸਾਰੇ ਲੋਹੇ ਦੇ ਵੇਟ ਲਾਉਂਦੇ ਹਾਂ, ਉਹ ਤਾਂ ਲਾਉਂਦੇ ਹਾਂ ਕਸਟਮਰ ਦਾ ਲੋਸ ਨਹੀਂ ਹੁੰਦਾ, ਕੱਲ੍ਹ ਨੂੰ ਟਰੈਕਟਰ ਪੁਰਾਣਾ ਹੋਵੇ ਟਰੈਕਟਰ ਚੇਂਜ ਕਰਨਾ ਜਾਂ ਆਪਾਂ ਨੇ ਵੇਚਣਾ ਤਾਂ ਲੋਹੇ ਦਾ ਰੇਟ ਵੱਧਦਾ ਹੀ ਆ, ਘੱਟਦਾ ਨਹੀਂ। ਅਤੇ ਅੱਜ ਦੇ ਹਿਸਾਬ ਨਾਲ ਜਿੰਨੇ ਕੁ ਆਪਾਂ ਲਵਾਉਂਦੇ ਹਾਂ 10 ਸਾਲ ਬਾਅਦ ਫਿਰ ਉਨੇ ਕੁ ਦੀ ਵਿਕੇ ਜਾਂਦੇ ਨੇ, ਜਾਂ ਤੁਸੀਂ ਸੇਮ ਟਰੈਕਟਰ ਲੈਂਦੇ ਹੋ ਲਾ ਕੇ ਤੁਸੀਂ ਉਹਤੇ ਵੀ ਲਾ ਸਕਦੇ ਹੋ, ਕੱਲ੍ਹ ਤੁਸੀਂ ਖੇਤੀ ਕਰਦੇ ਹੋ ਟੋਚਰਮ ਪਾਉਂਦੇ ਹੋ ਅੱਖਾਂ ਮੀਚ ਕੇ ਕਿਤੇ ਵੀ ਟੋਚਰਮ ਪਾ ਸਕਦੇ ਹੋ, ਇੰਨੀ ਗਰੰਟੀ ਆ। ਜੇ ਵੇਟ ਟੁੱਟ ਗਿਆ ਤੁਹਾਨੂੰ ਨਵਾਂ ਪੀਸ ਦੇਵਾਂਗੇ, ਕੋਈ ਤੁਹਾਡੇ ਤੋਂ ਪੈਸਾ ਨਹੀਂ ਲੈਣਾ, ਤੁਹਾਡੇ ਨਵਾਂ ਸੈੱਟ ਲਾ ਦਾਂਗੇ। ਦੇਗੀ ਵੇਟ ਦਾ ਇਹੀ ਡਰਦਾ ਰਹਿੰਦਾ ਹੈ ਟੁੱਟਣਾ ਜਾਵੇ ਟੁੱਟਣਾ ਜਾਵੇ ਟੁੱਟਣਾ ਜਾਵੇ, ਇਸ ਕਰਕੇ ਆਪਾਂ ਦੇਗੀ ਵੇਟ ਲਾਉਣੇ ਬੰਦ ਕਰੇ ਹੋਏ ਨੇ ਜੀ, ਨਾ ਆਪਾਂ ਲਾਏ ਨੇ ਨਾ ਆਪਾਂ ਇਨ ਫਿਊਚਰ ਲਾਉਣੇ ਨੇ, ਸਿਰਫ ਆਪਾਂ ਲੋਹੇ ਦੇ ਵੇਟ ਲਾਉਣੇ ਨੇ। ਇੱਧਰ ਮਗਰਾਟਾਂ ਗਲੀਆਂ ਕੱਢਣ ਲੱਗੇ ਹੋਏ ਨੇ, ਠੀਕ ਹੈ ਜੀ। ਇੱਕ ਇੱਕ ਨਾਟਕ ਆਪਾਂ ਮਗਰਾਟਾਂ 'ਚ ਪਾਉਂਦੇ ਹਾਂ, ਨਾਲ ਤਾਂ ਮਗਰਾਟਾਂ ਦੀ ਸੇਫਟੀ ਆ ਅਤੇ ਨਾਲੇ ਪੈਪ ਦੀ ਸੇਫਟੀ ਆ, ਯੂ ਪੈਪ ਹਿਲਦਾ ਨਹੀਂ। ਅਤੇ ਇੱਧਰ ਜਿਹੜੀ ਉੱਪਰਲੀ ਫਰੇਮ ਆ ਇਹਦੇ, ਫੈਨ ਹੋ ਗਿਆ, ਬਾਰ ਲਾਈਟ ਹੋ ਗਈ, ਉਹ ਇੰਸਟਾਲ ਕਰਨ ਲੱਗਿਆ ਵਾ ਮੁੰਡਾ। ਅਤੇ ਉਹ ਟਰੈਕਟਰ ਤੁਹਾਨੂੰ ਦੱਸ ਦਿਆਂ ਕੀ ਹੋ ਗਿਆ ਮਾੜਾ, ਆਪਾਂ ਉਰੇ ਸੁਨਾਮ ਬਾਜ਼ਾਰ 'ਚ ਗਏ ਸੀ ਸਮਾਨ ਲੈਣ, ਇਹਦੀ ਹਾਲੇ ਗਲੀਆਂ ਰਹਿੰਦੀਆਂ ਨੇ, ਉਹਦੇ ਵੱਜ ਚੁੱਕੀਆਂ ਨੇ। ਅਤੇ ਆ ਜੋ ਤੁਹਾਨੂੰ ਦਿਖਾ ਦਈਏ, ਇਹਦੇ ਭਰਾ ਨੇ ਵੇਟ ਪਾਤੇ, ਨਾਟ ਨੋਟ ਐਡ ਕਰਤੇ। ਅਤੇ ਦੋਨੇ ਟਰੈਕਟਰਾਂ ਦੀ ਲੁੱਕ ਚੈੱਕ ਕਰੋ ਕਿੱਦਾਂ ਹੀ ਲੱਗਦੀ ਹੈ, ਦੇਖੋ ਬਹੁਤ ਸੋਹਣੇ ਲੱਗ ਰਹੇ ਟਰੈਕਟਰ। ਮਗਰਾਟਾਂ ਗਲੀਆਂ ਕੱਢਦੇ ਹਾਂ ਅਤੇ ਇੱਧਰ ਫਿੱਟ ਹੋ ਰਿਹਾ, ਇਹਦੇ ਯੂ ਪੈਪ ਪਹਿਲਾਂ ਫਿੱਟ ਹੋ ਚੁੱਕਿਆ ਸੀ, ਉੱਪਰ ਆਪਾਂ ਸਾਈਡ ਫਰਕ ਕਰਕੇ ਉੱਪਰਲੀ ਫਰੇਮ ਫਿੱਟ ਕਰਤੀ, ਉਹ 'ਚ ਪੱਖਾ ਫਿੱਟ ਕਰਤਾ, ਬੈਕ ਲਾਈਟਾਂ ਫਿੱਟ ਹੋ ਚੁੱਕੀਆਂ ਨੇ, ਅਤੇ ਹੁਣ ਬਾਰ ਫਰੰਟ ਬਾਰ ਲਾਈਟ ਲਾ ਦੇਣੀ ਆਪਾਂ ਨੇ, ਅਤੇ ਬਾਅਦ 'ਚ ਪ੍ਰੋਫਾਈਬਰ ਲਾ ਦੇਣੀ ਆ, ਠੀਕ ਹੈ ਜੀ। ਹਲੇ ਨਟ ਥੋੜ੍ਹੇ ਢਿੱਲੇ ਛੱਡੇ ਹੋਏ ਨੇ ਵੀ ਸੈਟਿੰਗ ਬਾਅਦ 'ਚ ਕਰਾਂਗੇ ਉੱਚੀ ਨੀਵੀਂ ਵਾਲੀ, ਅਤੇ ਸਾਰੀ ਫਿਟਿੰਗ ਹੋ ਚੁੱਕੀ ਆ, ਹੁਣ ਫਾਈਬਰ ਰੱਖ ਕੇ ਜਦੋਂ ਟਰੈਕਟਰ ਦੀ ਲੁੱਕ ਦਿਖਾਉਂਦੇ ਹਾਂ। ਅਤੇ ਵੇਟਾਂ ਦੀ ਇੱਕ ਵਾਰ ਟੱਚਿੰਗ ਕਰਤੀ, ਉਹ ਰੰਗ ਸੁੱਕੀ ਜਾਊਗਾ, ਫਿਰ ਦੁਬਾਰੇ ਦੂਜੀ ਵਾਰ ਫਿਰ ਟੱਚਿੰਗ ਕਰਾਂਗੇ, ਠੀਕ ਹੈ ਜੀ। ਛਤਰੀ ਦੀ ਇੱਥੇ ਮਾੜੀ ਮੋਟੀ ਕੋਈ ਹੋਣ ਵਾਲਾ, ਉਹ ਸਾਰਾ ਕਰਾਂਗੇ, ਅਤੇ ਇੱਕ ਵਾਰ ਦੁਬਾਰੇ ਸਾਰਾ ਚੈੱਕ ਹੋਊਗਾ ਟੱਚਿੰਗ ਕਰਨ ਵਾਲਾ ਕੰਮ, ਜਿਵੇਂ ਮਾੜਾ ਮੋਟਾ ਰਹਿੰਦਾ ਨਾ,
ਕਿਉਂ ਸਿੰਗਲ ਕੋਟ 'ਚ ਉਹ ਸਹੀ ਨਹੀਂ ਆਉਂਦਾ ਅਤੇ ਇਹਦਾ ਜਿਵੇਂ ਵਾਧੂ ਇਹ ਵੱਢ ਦੇਣਾ ਆਪਾਂ ਨੇ। ਹਾਂਜੀ ਫਾਈਬਰ ਰੱਖੀਏ ਲਾਉਣੇ ਦੇ ਉੱਪਰ ਫਾਈਬਰ ਰੱਖ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਅਤੇ ਟਰੈਕਟਰ ਦੀ ਲੁੱਕ ਕਿੱਦਾਂ ਬਣਦੀ ਆ। ਲਓ ਜੀ ਇਹਦੀ ਫਾਈਬਰ ਫਿੱਟ ਹੋ ਚੁੱਕੀ ਆ, ਫਰੰਟ ਬਾਰ ਫਿੱਟ ਹੋ ਚੁੱਕੀ ਆ, ਫੈਨ ਫਿੱਟ ਹੋ ਚੁੱਕਿਆ ਅਤੇ ਲਾਈਟਾਂ ਵੀ ਫਿੱਟ ਹੋ ਚੁੱਕੀਆਂ ਨੇ। ਇੱਕ ਵਾਰ ਟਰੈਕਟਰ ਦੀ ਲੁੱਕ ਦੇਖੋ ਦੇਖੋ ਜੀ ਕਿੰਨੀ ਸੋਹਣੀ ਨਿਕਲ ਲੁੱਕ ਨਿਕਲ ਗਈ ਆ ਟਰੈਕਟਰ ਦੀ। ਅਤੇ ਇਹਦੇ ਫਾਈਬਰ ਹੁੱਡ ਲੱਗਣੀ ਆ, ਬਾਕੀ ਸਾਰਾ ਕੁਛ ਲੱਗ ਚੁੱਕਿਆ, ਫਾਈਨ ਵੀ ਲੱਗ ਚੁੱਕਿਆ, ਫਰੰਟ ਵਾਰ ਲਾਈਟ ਰਹਿੰਦੀ ਆ, ਲਾਈਟਾਂ ਰਹਿੰਦੀਆਂ, ਉਦੋਂ ਬਾਅਦ ਆਪਾਂ ਫਾਈਬਰ ਰੱਖ ਦੇਣੀ ਆ। ਫਰੰਟ ਵੇਟਾਂ ਦਾ ਵੀ ਕੰਮ ਹੋ ਚੁੱਕਿਆ, ਸਾਰਾ ਹੋ ਗਿਆ, ਬਸ ਸਿਰਫ ਆਹ ਟਰੈਕਟਰ ਓਕੇ ਆ, ਬਾਕੀ ਬਸ ਮਾੜੀ ਮੋਟੀ ਟੱਚਿੰਗ ਜਾਂ ਸੈਟਿੰਗ ਕਰਨੀ ਆ, ਉਹ ਵੀ ਤਾਂ ਵੀ ਸ਼ੋ ਮਾੜੀ ਮੋਟੀ ਸ਼ੋ ਆਪਣੀ ਫਾਈਬਰ ਉੱਚੀ ਨੀਵੀਂ ਹੋਵੇ ਉਹਦੀ ਸੈਟਿੰਗ ਕਰਨੀ ਆ, ਜਾਂ ਇੱਕ ਦੋ ਕੋਈ ਨਟ ਸਾਰੇ ਦੁਬਾਰੇ ਚੈੱਕ ਕਰਨੇ ਨੇ ਜੀ। ਇਹਦੀ ਫਾਈਬਰ ਜਿਹੜੀ ਦੂਸਰੀ ਤੇ ਇਹਦੇ ਉੱਤੇ ਆ ਗਈ, ਗਲੀਆਂ ਦਾ ਫਰਕ ਸੀ ਜਿਹੜੀ ਆਪਾਂ ਗਲੀਆਂ ਮਾਰਦੇ ਹਾਂ ਫਾਈਬਰ ਦੀਆਂ, ਇਹਦੇ 'ਤੇ ਜਿਹੜੀ ਆਹ ਟਰੈਕਟਰ ਵਾਲੀ ਤੋਂ ਇਹਦੇ ਆ ਗਈ। ਠੀਕ ਆ ਜੀ ਕਿਹਾ ਤੁਸੀਂ ਦੇਖੋ, ਠੀਕ ਆ ਟਰੈਕਟਰਾਂ ਦੀ ਲੁੱਕ ਕਿੱਦਾਂ ਕਿੰਨੀ ਸੋਹਣੀ ਆ ਰਹੀ ਆ। ਅਤੇ ਇੱਧਰ ਭਰਾਵਾਂ ਨੇ ਪੂਰੇ ਸ਼ੌਂਕੀ ਨੇ, ਲਾਈਟਾਂ ਲੁਟਾਂ ਪੂਰੀਆਂ ਘੈਂਟ ਲਾਈਆਂ ਹੋਈਆਂ ਨੇ। ਠੀਕ ਆ ਲਓ ਜੀ ਦੂਰੋਂ ਦੇਖੋ ਲੁੱਕ ਟਰੈਕਟਰਾਂ ਦੀ। ਠੀਕ ਆ ਜੀ ਬਸ ਮਾੜੀ ਮੋਟੀ ਸੈਟਿੰਗ ਰਹਿੰਦੀ ਆ, ਜਿਵੇਂ ਇਹਦੇ ਬਾਰ ਲਾਈਟ ਲੱਗਣੀ ਆ ਉਹਦੇ ਸਾਰੀ ਸੈਟਿੰਗ ਹੋ ਗਈ, ਬਸ ਉਹਦੇ ਨਟ ਕਸਣੇ ਨੇ। ਅਤੇ ਉਹ ਤੋਂ ਬਾਅਦ ਟਰੈਕਟਰ ਖੜਾ ਕੇ ਐਨ ਬਰੋਬਰ ਫੇਸ ਤੁਹਾਨੂੰ ਦਿਖਾਉਂਦੇ ਹਾਂ ਵੀ ਪਹਿਲਾਂ ਸਿੰਪਲ ਟਰੈਕਟਰਾਂ ਦੀ ਲੁੱਕ ਕਿੱਦਾਂ ਦੀ, ਵਿੱਚ ਆਪਾਂ ਥੋੜ੍ਹੀ ਉਹ ਵੀਡੀਓ ਪਾ ਦਾਂਗੇ ਦੇਖਣ ਨੂੰ, ਤੁਹਾਨੂੰ ਨਾਲੇ ਪਤਾ ਲੱਗ ਜੂਗਾ ਵੀ ਕੀ ਫਰਕ ਪਿਆ। ਅਤੇ ਸਾਰੀ ਡਿਟੇਲ ਦੇਵਾਂਗੇ ਕਿੰਨਾ ਇਹਨਾਂ ਦਾ ਵੇਟ ਆ। ਠੀਕ ਹੈ ਜੀ ਅਤੇ ਫਾਈਬਰ ਹੁੱਡ ਦਾ ਸਾਰਾ ਕੁਛ A to Z ਤੁਹਾਨੂੰ ਸਾਰੀ ਇੰਸਟਾਲੇਸ਼ਨ ਦੁਬਾਰੇ ਪੂਰੀ ਐਨ ਪ੍ਰੋਪਰ ਦਿਖਾਵਾਂਗੇ। ਹੁਣ ਬਸ ਸਿਰਫ ਇਹਦੀ ਫਾਈਬਰ ਦੀ ਬਾਰ ਲਾਈਟ ਰਹਿ ਗਈ, ਬਾਕੀ ਨਟਾਂ ਨੁਟਾਂ ਦਾ ਕੰਮ ਹੋ ਲੈਣ ਦਿਉ, ਫਿਰ ਤੁਹਾਨੂੰ ਅੱਗੇ ਦਿਖਾਉਂਦੇ ਹਾਂ। ਨਾਰ ਬੰਬ ਚੱਲਦਾ ਵੀ ਹੈ, ਨਾਰ ਬੰਬ ਜਿਹੜੀ ਰੋਡ ਸੀ ਥੋੜ੍ਹੀ ਵੱਧਦੀ ਹੈ, ਆਪਾਂ ਵੱਧ ਤਾਂ ਰੱਖੀ ਹੁੰਦੀ ਹੈ ਵੀ ਫੁੱਲ ਸਾਈਜ਼ ਆਉਂਦਾ ਆਪਣਾ ਵੀ ਜਿੰਨੀਆਂ ਪਲੇਟਾਂ ਬੰਦਾ ਪਵਾਊਗਾ, ਬਾਕੀ ਜਿਹੜੀ ਓਵਰ ਹੋਊਗਾ ਆਪਾਂ ਕੱਟ ਦਾਂਗੇ। ਇਹਦੇ ਵਿੱਚ ਵੀ ਹੁਣ ਆਪਾਂ ਨੇ ਇੱਕ ਪਲੇਟ ਪੈਂਦੀ ਗੁੰਜਾਇਸ਼ ਛੱਡਤੀ, ਕੱਲ੍ਹ ਨੂੰ ਜੇ ਤੁਸੀਂ ਇੱਕ ਇੱਕ ਪਲੇਟ ਪਾਈ ਨੇ ਪਾਉਣੀ ਆ, ਦੋਨੋਂ ਸਾਈਡ ਇੱਕ ਇੱਕ ਪਲੇਟ ਪਾ ਸਕਦਾ ਹੈ ਅਗਲਾ। ਠੀਕ ਹੈ ਜੀ ਇਹ ਟਰੈਕਟਰ 'ਚ ਵੀ ਇੱਕਣਿਆ ਇੱਕ ਇੰਚ ਵੱਧ ਰੋਡ ਛੱਡੀ ਵੀ ਆ, ਇਹਨੇ ਫਿਊਚਰ ਜੇ ਕੋਈ ਪਲੇਟ ਪਾਉਣੀ ਆ ਵੇਟ ਵਧਾਉਣਾ ਤਾਂ ਬੰਦਾ ਵਧਾ ਸਕਦਾ, ਜੇ ਆਪਾਂ ਪੂਰੀ ਵੱਢ ਦਈਏ ਫਿਰ ਰੋਡ ਨਵੀਂ ਪਾਉਣੀ ਪਊ, ਉਹ 'ਚ ਕਸਟਮਰ ਦਾ ਲੋਸ ਆ, ਇਸ ਕਰਕੇ ਆਪਾਂ ਇੱਕ ਇੰਚ ਵੱਧ ਛੱਡੀ ਹੋਈ ਆ ਜੀ। ਠੀਕ ਆ ਇਹ ਸਾਈਡ ਵੀ ਅਤੇ ਇਹ ਸਾਈਡ ਵੀ ਇਹ ਓਕੇ ਹੋ ਗਿਆ ਸਾਰਾ, ਇਹਦਾ A to Z ਓਕੇ ਆ, ਬਸ ਇਹਦਾ ਵੀ ਓਕੇ ਹੋ ਗਿਆ, ਮਾੜਾ ਮੋਟਾ ਹੀ ਕੋਈ ਹੁਣ ਮਾੜੀ ਮੋਟੀ ਟੱਚਿੰਗ ਰਹਿੰਦੀ ਆ ਬਸ ਕਰਨੀ ਆ। ਆਗੂ ਲਾ ਕੇ ਵਧੀਆ ਲਾਈਟਿੰਗ ਦਾ ਕਰਿਆ ਪਿਆ, ਬੂਟਿਆਂ ਵਿੱਚ ਲਾਈਟਾਂ ਲੂਟਾਂ ਘੈਂਟ ਲਾਈਆਂ ਹੋਈਆਂ ਨੇ, ਵਧੀਆ ਸ਼ਕੀਨ ਨਾਲ ਪਾਈਆਂ ਨੇ। ਮਕਾਨ ਬਣਾਇਆ ਵਾ ਜਿਹੜੀ ਕੋਠੀ ਆ 1995 'ਚ ਪਈ ਵੀ ਆ, ਬਟ ਇਹਦੀ ਕੇਅਰ ਇੰਨੀ ਆ, ਐਂ ਲੱਗਦਾ ਜਿਵੇਂ ਥੋੜ੍ਹਾ ਟਾਈਮ ਹੀ ਹੋਵੇ ਪਈ ਵੀ ਇਹਨੂੰ, ਜਿਹੜੇ ਚਕਾਠਾ ਚਕੂਠਾ ਪਾਈ ਕਹਿੰਦਾ ਲੱਕੜ ਦੀਆਂ ਟਾਹਲੀ ਲੱਕੜ ਲੱਗੀ ਵੀ ਆ, 30 ਸਾਲ ਹੋ ਗਿਆ ਅੱਜ ਤੱਕ ਚਕਾਠ ਜਾਂ ਕੋਈ ਟਾਕੀ ਨੂੰ ਕੋਈ ਫਰਕ ਨਹੀਂ, ਇੰਨਾ ਦੇਖ ਲਓ ਕੁਆਲਿਟੀ ਦਾ ਫਰਕ ਆ। 1995 ਦੀ ਕੋਠੀ ਆ, 30 ਸਾਲ ਹੋ ਗਏ, ਕਿਤੋਂ ਕੋਈ ਉਹ ਨਹੀਂ। ਜੇ ਆਪਾਂ ਵਧੀਆ ਕਿਸੇ ਕਾਰੀਗਰ ਤੋਂ ਕੰਮ ਕਰਾਉਂਦੇ ਹਾਂ, ਵਧੀਆ ਪੈਸਾ ਲਾਉਂਦੇ ਹਾਂ ਤਾਂ ਉਹਦੀ ਲਾਈਫ ਬਹੁਤ ਜ਼ਿਆਦਾ ਹੋ ਜਾਂਦੀ ਆ, ਜੇ ਆਪਾਂ ਮਾੜਾ ਕੰਮ ਕਰਾਉਂਦੇ ਤਾਂ ਉਹਦੀ ਲਾਈਫ ਬਹੁਤ ਘੱਟ ਜਾਂਦੀ ਆ, ਛੇਤੀ ਆਪਾਂ ਨੂੰ ਫਿਰ ਦੁਬਾਰੇ ਪੈਸੇ ਲਾਉਣੇ ਪੈਂਦੇ ਨੇ। ਸਿਆਣਾ ਦਾ ਕਿਹਾ ਕਹਿੰਦਾ ਮਹਿੰਗਾ ਰਹੋ ਇੱਕ ਵਾਰ, ਸਸਤਾ ਰਹੋ ਬਾਰੋ ਵਾਰ, ਉਹ ਕੰਮ ਆ। ਅਤੇ ਆਹ ਲਾਈਟਾਂ ਦੇਖੋ ਇੰਨੀਆਂ ਵਧੀਆ ਨੇ, ਅਤੇ ਆਹ ਇੱਕ ਜਿੱਦਾਂ ਫੋਰਨ ਦੇ ਵਿੱਚ ਸ਼ੈੱਡ ਪੈਂਦੇ ਨੇ ਉਹ ਬਣਾਇਆ ਹੋਇਆ। ਠੀਕ ਆ ਇਹ 'ਚ ਕੋਈ ਪੋਲ ਨਹੀਂ, ਮੂਰਲੀ ਸਾਈਡ ਕੁਛ ਨਹੀਂ, ਐਨ
ਸਾਰਾ ਕੁਛ ਐਨ ਖੁੱਲ੍ਹਾ ਡੁੱਲਾ ਹੈ, ਪਰ ਬਟ ਮਹਿੰਗਾ ਬਹੁਤ ਪੈਂਦਾ ਜਿਗਾੜ। ਜਿਹੜੇ ਪਾਈਪ ਨੇ ਬਾਈ ਕਹਿੰਦਾ ਵਿੱਚੇ ਫਿਟਿੰਗ 30,000 ਦੇ ਪਏ ਨੇ, ਪਰ ਜਿਹੜਾ ਕੱਪੜਾ ਇਹ ਕੱਪੜਾ 65,000 ਦਾ ਕੱਪੜਾ ਆਇਆ, ਬਾਹਰੋਂ ਐਕਸਪੋਰਟ ਹੁੰਦਾ ਕੱਪੜਾ, ਬਹੁਤ ਜ਼ਿਆਦਾ ਇਹਦੀ ਲਾਈਫ ਆ, 10 ਸਾਲ ਦੀ ਕੁਆਲਿਟੀ ਆ। ਨਾ ਇਹਨੂੰ ਅੱਗ ਲੱਗਦੀ ਆ, ਨਾ ਹੀਟ ਹੁੰਦਾ, ਨਾ ਇਹ ਗਲਦਾ, ਚਾਹੇ ਪਾਣੀ 'ਚ ਰੱਖ ਰੱਖੋ, ਇੰਨਾ ਵਧੀਆ ਕੁਆਲਿਟੀ ਹੈ ਕੱਪੜੇ ਦੀ। ਜੀ ਟਰੈਕਟਰ ਤਿਆਰ ਹੋ ਚੁੱਕੇ ਨੇ ਅਤੇ ਤੁਸੀਂ ਦੋਨੇ ਟਰੈਕਟਰਾਂ ਦੀ ਲੁੱਕ ਚੈੱਕ ਕਰ ਲਓ ਵੀ ਪਹਿਲਾਂ ਟਰੈਕਟਰ ਕਿੱਦਾਂ ਸੀ। ਠੀਕ ਹੈ ਜੀ, ਫਰੰਟ ਵੇਟਰ ਫਾਈਬਰ ਹੁੱਡ ਤੋਂ ਬਿਨਾਂ, ਅਤੇ ਹੁਣ ਦੇਖੋ ਦੋਨੋਂ ਟਰੈਕਟਰਾਂ ਦੀ ਕਿੰਨੀ ਲੁੱਕ ਚੇਂਜ ਹੋ ਚੁੱਕੀ ਆ। ਠੀਕ ਹੈ ਜੀ, ਪਹਿਲਾਂ ਕਿੰਨੇ ਛੋਟੇ ਛੋਟੇ ਲੱਗਦੇ ਸੀ, ਹੁਣ ਦੋਨੋਂ ਟਰੈਕਟਰ ਕਿੰਨੇ ਸੋਹਣੇ ਅਤੇ ਵੱਡੇ ਵੱਡੇ ਲੱਗਣ ਲੱਗ ਗਏ। ਅਤੇ ਇਹਨਾਂ ਦਾ ਜਿਹੜਾ ਵੇਟ ਆਇਆ ਜੀ, ਉਹ ਆਇਆ 2 ਕੁਇੰਟਲ 55 ਕਿਲੋ। ਠੀਕ ਹੈ ਜੀ, ਇਹ ਸਾਈਡ ਪਲੇਟਾਂ ਹੋ ਗਈਆਂ ਹਰੇਕ ਵਾਰ ਦੀ ਤਰ੍ਹਾਂ। ਠੀਕ ਹੈ, ਇਹਦੇ ਵਿੱਚ ਆਪਾਂ ਨੇ ਸੈਂਟਰ ਟੋਚਨ ਪਲੇਟ ਪਾ ਤੀ ਅਤੇ 3-3 ਪਲੇਟਾਂ ਪਾ ਤੀਆਂ, ਅਤੇ ਅਦਰ ਜੇ ਵਾਈਆਂ ਨੇ ਕੋਈ ਹੋਰ ਪਲੇਟ ਪਾਉਣੀ ਆ ਤਾਂ ਆਪਾਂ 1 ਇੰਚ ਦੀ ਗੁੰਜਾਇਸ਼ ਵੱਡੀ ਛੱਡ ਦੀ, ਕੱਲ੍ਹ ਨੂੰ ਤੁਸੀਂ ਇੱਕ ਪਾ ਸਕਦੇ ਹੋ। ਠੀਕ ਹੈ ਜੀ, 1-1 ਪਲੇਟ ਜੇ ਤੁਹਾਨੂੰ ਵਧਾਉਣਾ ਤਾਂ ਕੱਲ੍ਹ ਨੂੰ ਵਧਾ ਸਕਦੇ ਹੋ, ਨਹੀਂ ਆਪਾਂ ਰੋਜ਼ ਵੱਧ ਸਕਦੇ ਸੀ, ਆਪਾਂ ਇਨ ਫਿਊਚਰ ਕੱਲ੍ਹ ਨੂੰ ਬਜਟ ਵੱਧ ਦੀ ਲੋੜ ਆ ਤਾਂ ਬੰਦਾ ਲਾ ਸਕਦਾ। ਠੀਕ ਹੈ ਜੀ, ਅਤੇ ਅੱਗੇ ਆਪਾਂ ਨੇ ਜਿਹੜੀ ਫਾਈਬਰ ਲਾਈ ਆ, ਇਹ ਲਾਈ ਆਪਾਂ ਨੇ ਜੌਂਡੀਅਰ ਟਾਈਪ, ਜੋ ਬਾਈਆਂ ਦੀ ਡਿਮਾਂਡ ਸੀ, ਜੌਂਡੀਅਰ ਟਾਈਪ ਲਾਈ ਆ, ਬਾਹਰ ਲਾ ਤੀ ਫਰੰਟ 'ਤੇ, ਅਤੇ ਫੈਨ ਲਾ ਤਾ, 2 ਲਾਈਟਾਂ ਲਾ ਤੀਆਂ। ਠੀਕ ਹੈ ਜੀ, ਅਤੇ ਦੇਖੋ, ਅਤੇ ਹਰੇਕ ਵਾਰ ਦੀ ਤਰ੍ਹਾਂ ਜਿਹੜਾ ਪਾਈਪ ਦੀ ਫਿਟਿੰਗ ਤੁਹਾਨੂੰ ਦਿਖਾਈ, ਉਹ ਆਪਾਂ ਨੇ ਇੰਜਨ ਤੋਂ ਲਈ ਆ, ਇੰਜਨ ਤੋਂ ਲੈ ਕੇ ਆਣ ਪੂਰੀ, ਇੱਕ ਇੱਕ ਨਟ ਮਗਰਾਟਾਂ ਹੀ ਪਾਤਾ, ਅਤੇ ਬੈਗ 'ਚ 2 ਲਾਈਟਾਂ ਲਾ ਤੀਆਂ, ਅਤੇ ਫੁੱਲ ਫਾਈਬਰ ਦੀ ਆਪਾਂ ਹਾਲੇ ਗਰੰਟੀ ਦਿੱਤੀ ਆ, ਜੇ ਭੁੱਜਦੀ ਆ ਜਾਂ ਕਰੈਕ ਹੁੰਦੀ ਆ ਤਾਂ ਪੀਸ ਨਵਾਂ ਲਾਵਾਂਗੇ, ਜੇ ਡਰਾਈਵਰ ਦੀ ਗਲਤੀ ਨਾਲ ਕਿਤੇ ਵੱਜਦੀ ਆ ਤਾਂ ਉਹਦੀ ਕੋਈ ਮਤਲਬ ਗਰੰਟੀ ਨਹੀਂ। ਠੀਕ ਆ ਜੀ, ਜਿਹੜੀ ਲਾਈਟਾਂ ਲਾਈ ਨੇ, ਅਸੈਸਰੀ ਲਾਈ, ਇਹ ਵੀ ਫੁੱਲ ਗਰੰਟੀ ਹੈ ਜੀ। ਇਸ ਤਰ੍ਹਾਂ ਹੀ ਇਹ 'ਤੇ ਲਾਈ ਆ, 2 ਲਾਈਟਾਂ ਫਰੰਟ ਅਤੇ ਬਾਹਰ, ਅਤੇ 1 ਪੱਖਾ। ਠੀਕ ਆ ਜੀ, ਸੇਮ ਟਰੈਕਟਰ ਤਿਆਰ ਹੋਏ ਨੇ ਦੋਨੋਂ, ਸਾਰਾ ਕੁਛ ਸੇਮ ਕੰਮ ਹੋਇਆ। ਅਤੇ ਇਹ ਆਪਾਂ ਸੁਨਾਮ ਏਰੀਏ ਦਾ ਪਿੰਡਾ ਭਰਾ ਦਾ, ਅਤੇ ਭਰਾ ਨੂੰ ਵੀ ਤੁਹਾਨੂੰ ਗੱਲ ਕਰਾਉਂਦੇ ਹਾਂ ਵੀ ਉਹਨੂੰ ਆਪਣਾ ਕੰਮ ਕਿੱਦਾਂ ਦਾ ਲੱਗਿਆ। ਠੀਕ ਹੈ ਜੀ, ਅਤੇ ਦੋਨਾਂ ਦੇ ਜਿਹੜੇ ਫਰੰਟ ਵੇਟਰ ਉਹ ਆਏ ਨੇ ਆਪਣੇ 2 ਕੁਇੰਟਲ 55 ਕਿਲੋ, ਇਹਦਾ ਵੀ ਓਨਾ ਹੀ ਵੇਟ ਆਇਆ, ਅਤੇ ਉਹ ਟਰੈਕਟਰ ਦਾ ਵੀ ਓਨਾ ਹੀ ਵੇਟ ਆਇਆ, ਸਾਰਾ ਕੁਛ ਡਿੱਟੋ ਕਾਪੀ ਸੇਮ, ਦੋਨੋਂ ਟਰੈਕਟਰ ਤਿਆਰ ਹੋਏ ਨੇ। ਠੀਕ ਹੈ ਜੀ, ਬਾਕੀ ਤੁਸੀਂ ਫਿਟਿੰਗ ਹੁੰਦੀ ਸਾਰੀ ਦੇਖੀ, ਆਲਮੋਸਟ ਆਪਾਂ ਸਾਰੀ ਵੀਡੀਓ ਤੁਹਾਨੂੰ ਦਿਖਾ ਦਿੱਤੀ। ਠੀਕ ਹੈ ਜੀ, ਇਹਦੇ ਵੀਡੀਓ ਮੇਰੇ ਭਰਾ ਨਾਲ ਮਿਲਣ, ਆਪਾਂ ਦੱਸ ਦਈਏ ਸਾਈਡ ਪਲੇਟਾਂ ਲੱਗਦੀਆਂ ਨੇ, 2 ਨਟ ਉਰੋਂ ਹੋ ਜਾਂਦੇ ਨੇ ਜੀ, ਅਤੇ 4 ਨਟ ਉਰੇ ਚੁੱਲ੍ਹੇ ਵਾਲੇ ਉਰੇ ਨੇ, ਜਿਹੜੇ ਸੈਂਟਰ 'ਚ ਉਹ ਹੋ ਗਏ, 12 ਨਟਾਂ 'ਤੇ ਆਪਣੇ ਇਹ ਫਰੰਟ ਵੇਟ ਖੜ੍ਹੇ ਨੇ। ਠੀਕ ਹੈ ਜੀ, ਇੱਦਾਂ ਹੀ ਇੱਧਰ ਪਲੇਟ ਲੱਗਦੀ ਆ, ਅਤੇ ਜੇ ਮੇਰੇ ਭਰਾ ਨੇ ਕਿਸਨੂੰ ਵੱਧ ਵੇਟ ਚਾਹੀਦਾ, ਜਿਵੇਂ ਇਹਨਾਂ ਦੀ ਜਿੰਨੀ ਡਿਮਾਂਡ ਸੀ 2.5 ਕੁਇੰਟਲ ਦੀ, 2.5 ਕੁਇੰਟਲ ਪੂਰਾ ਕਰਤਾ, 3 ਕੁਇੰਟਲ ਚਾਹੀਦਾ, ਵੱਧ ਚਾਹੀਦਾ, 3.5 ਕੁਇੰਟਲ ਚਾਹੀਦਾ, ਉਨਾ ਹੀ ਆਪਾਂ ਪੂਰਾ ਕਰ ਦਾਂਗੇ। ਉਦੋਂ ਵੀ ਵੱਧ ਵੇਟ ਚਾਹੀਦਾ ਤਾਂ ਆਪਾਂ ਜਿਹੜਾ ਚੁੱਲ੍ਹਾ ਉਹਦਾ ਵਜਨ ਵਧਾ ਦਾਂਗੇ, ਚਾਹੇ 4 ਕੁਇੰਟਲ ਲਵਾ ਲਓ, ਜੋ ਤੁਹਾਨੂੰ ਡਿਮਾਂਡ ਆ। ਜੇ ਬੰਪਰ ਲਵਾਉਣਾ ਇਹ ਤਾਂ ਬੰਪਰ ਵੀ ਲਵਾ ਸਕਦੇ ਹੋ, ਜੇ ਮੇਰੇ ਕਿਸੇ ਭਰਾ ਨੂੰ ਬੰਪਰ ਵਧੀਆ ਲੱਗਦਾ ਤਾਂ ਬੰਪਰ ਵੀ ਆਪਾਂ ਲਾ ਦਾਂਗੇ, ਉਹ ਵੀ ਫੁੱਲ ਪਲੇਟਡ ਹੋਊਗਾ। ਠੀਕ ਹੈ ਜੀ, ਅਤੇ ਜਿਹੜੇ ਵੇਟ ਨੇ ਆਪਾਂ ਦੁਬਾਰੇ ਦੱਸ ਦਈਏ, ਸਾਰੇ ਲੋਹੇ ਦੇ ਵੇਟ ਨੇ ਜੀ, ਕੋਈ ਦੇਗੀ ਵੇਟ ਨਹੀਂ ਹੈਗੇ, ਆਪਾਂ ਲੋਹੇ ਦੇ ਵੇਟ ਲਾਉਂਦੇ ਹਾਂ ਬਸ ਸਿਰਫ, ਕੋਈ ਆਪਾਂ ਸਾਰੇ ਟਰੈਕਟਰਾਂ ਦੇ ਲਾਉਂਦੇ ਹਾਂ, ਕਈ ਡਿਜ਼ਾਇਨ ਲਾਉਂਦੇ ਹਾਂ ਅਲੱਗ ਅਲੱਗ, ਜੌਂਡੀਅਰ ਦਾ ਜਿਵੇਂ ਹੋਲੈਂਡ ਦਾ, ਸਵਰਾਜ ਦਾ, ਸੋਨਾਲੀਕਾ, ਮਹਿੰਦਰਾ ਹੋ ਗਿਆ, ਠੀਕ ਆ ਜੀ, ਅਰਜਨ ਹੋ ਗਿਆ, ਸਾਰਿਆਂ ਦੇ ਲਾਉਂਦੇ ਹਾਂ। ਜਿਹੜੇ ਫਾਈਬਰ ਆ ਉਹ ਵੀ ਆਲ ਲਾਉਂਦੇ ਆਪਾਂ, ਜਿਵੇਂ ਹੋਲੈਂਡ ਟਾਈਪ ਹੋ ਗਈ, ਲਾਈਟਾਂ ਵਾਲੀ ਹੋ ਗਈ, ਠੀਕ ਆ, ਜੌਂਡੀਅਰ ਟਾਈਪ ਹੋ ਗਈ, ਜੋ ਵਾਲੀ ਡਿਮਾਂਡ ਆ। ਅਤੇ ਜੇ ਤੁਸੀਂ ਫਰੰਟ 'ਤੇ ਬਾਹਰ ਲਾਈਟ ਨਹੀਂ ਲਵਾਉਣੀ, ਸਿੰਪਲ ਲਾਈਟਾਂ ਵੀ ਲਵਾ ਸਕਦੇ ਹੋ, ਡਾਊਨ ਸੀਲਿੰਗ ਵੀ ਆਪਾਂ ਕਰ ਦਾਂਗੇ, ਡਾਊਨ ਸੀਲਿੰਗ ਲਾਉਣੀ ਆ, ਠੀਕ ਆ ਜੀ, ਬੈਕ 'ਤੇ ਸਪਿਨਰ ਨੇ, ਉਹ ਵੀ ਆਪਾਂ ਕਈ ਤਰ੍ਹਾਂ ਦੇ ਲਾਉਂਦੇ ਹਾਂ, ਘੁੰਮਣ ਵਾਲੇ ਵੀ ਲਾਉਂਦੇ ਹਾਂ, ਫਿਕਸ ਵਾਲੇ ਵੀ ਲਾਉਂਦੇ ਹਾਂ, ਇੰਜਨ 'ਤੇ ਵੀਲ ਵੀ ਲਾਉਂਦੇ ਹਾਂ, ਠੀਕ ਆ, ਅਤੇ ਦੇਗੀ ਵੇਟ ਵੀ ਲਾਉਂਦੇ ਹਾਂ, ਅਤੇ ਲੋਹੇ ਦੀ ਕਟਿੰਗ ਵਾਲੇ ਵੇਟ ਵੀ ਲਾਉਂਦੇ ਹਾਂ ਜੀ। ਸਾਰੇ ਆਪਾਂ ਜੋ ਵੀ ਅਸੈਸਰੀ ਤੁਹਾਨੂੰ ਚਾਹੀਦੀ ਆ, ਆਲ ਅਸੈਸਰੀ ਆਪਾਂ ਤਿਆਰ ਕਰਕੇ ਦਿੰਦੇ ਹਾਂ।
ਤੇ ਆਪਾਂ ਸਾਰੀ ਡਿਟੇਲ ਤੁਹਾਨੂੰ ਟਰੈਕਟਰਾਂ ਦੀ ਦੇ ਦਿੱਤੀ ਆ, ਤੁਸੀਂ ਸਾਰੀ ਵੀਡੀਓ ਦੇਖੀ ਆ, ਆਲ ਫਿਟਿੰਗ ਆਪਾਂ ਤੁਹਾਨੂੰ ਦਿਖਾਤੀ, ਠੀਕ ਆ ਜੀ। ਅਤੇ ਜੇ ਵੀਡੀਓ ਵਧੀਆ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਟਰੈਕਟਰਾਂ ਦੀ ਲੁੱਕ। ਅਤੇ ਜੇ ਮੇਰੇ ਕਿਸੇ ਭਰਾ ਨੇ ਬੰਪਰ ਦੀ ਵੀਡੀਓ ਦੇਖਣੀ ਆ ਤਾਂ ਆਪਣੇ ਚੈਨਲ 'ਤੇ ਬੰਪਰ ਦੀਆਂ ਵੀਡੀਓ ਵੀ ਕਈ ਪਈਆਂ ਨੇ ਟਰੈਕਟਰ ਦੀਆਂ, ਇੱਕ ਵੀਡੀਓ ਪਈ ਆ, ਉਹਦਾ ਆਪਾਂ ਐਂਡ 'ਤੇ ਐਂਡ ਸਕਰੀਨ 'ਤੇ ਤੁਹਾਨੂੰ ਲਿੰਕ ਦੇ ਦਾਂਗੇ, ਉਹ 'ਚ ਦੋਨੋਂ ਟਰੈਕਟਰ ਦਿਖਾਏ ਹੋਏ ਨੇ, ਫਰੰਟ ਵੇਟ ਵੀ ਅਤੇ ਫਰੰਟ ਬੰਪਰ ਵੀ, ਦੋਨੋਂ ਵੇਟ ਦਾ ਟਰੈਕਟਰ ਉਹਦੇ ਵਿੱਚ ਹੈਗੇ ਨੇ, ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਉਹਦੇ 'ਚ ਲੁੱਕ ਕਿੱਦਾਂ ਦੀ ਆਉਂਦੀ ਆ, ਠੀਕ ਆ ਜੀ। ਪ੍ਰੋਪਰ ਐਨ ਪੂਰੇ ਬੈਲੈਂਸ 'ਚ ਵੇਟ ਨੇ, ਕੋਈ ਇਹ ਨਹੀਂ ਵੀ ਹਿੱਲ ਜਾਣਗੇ, ਇਸ ਹਿਸਾਬ ਨਾਲ ਲਾਏ ਹੋਏ ਨੇ ਆਪਾਂ ਨੇ, ਠੀਕ ਆ ਜੀ। ਜਿੱਦਾਂ ਦੇਗੀ ਵੇਟ ਹੁੰਦੇ ਨੇ ਉਹ ਜਿਵੇਂ ਟਰੈਕਟਰ ਚੱਲਦਾ ਹਿੱਲੀ ਜਾਂਦੇ ਨੇ, ਉਹ ਚੀਜ਼ ਨਹੀਂ ਹੈਗੀ। ਆਪਣਾ ਕੀ ਚੱਕਰ, ਜਿਹੜੇ ਆਮ ਹਰੇਕ ਟਰੈਕਟਰ ਦੇ ਵੇਟ ਆਉਂਦੇ ਨੇ ਉਹਦੀ ਸਿੰਗਲ ਕਿਨਾਰੀ ਹੁੰਦੀ ਆ, ਆਪਾਂ ਡਬਲ ਕਿਨਾਰੀ ਕਰਦੇ ਹਾਂ, ਉੱਪਰੋਂ ਵੀ ਪੈਂਦੇ ਨੇ ਥੱਲਿਓਂ ਵੀ ਪੈਂਦੇ ਨੇ, ਇਸ ਕਰਕੇ ਇਹਨਾਂ ਦੀ ਹਿੱਲਣ ਦੀ ਗੁੰਜਾਇਸ਼ ਬਿਲਕੁਲ ਨਹੀਂ। ਅਤੇ ਆਪਾਂ ਜਿਹੜੀ ਸੈਂਟਰ ਟੋਰਜਨ ਪਲੇਟ ਆ ਇਹਨੂੰ ਫੁੱਲ ਬੰਦ ਲੌਕ ਕਰਕੇ ਫਿਰ ਇਹ ਪਲੇਟਾਂ ਪਾਉਂਦੇ ਹਾਂ ਵੀ ਕੱਲ੍ਹ ਨੂੰ ਹਿੱਲਣ ਨਾ ਕੋਈ ਵੀ ਇਹ 'ਚ ਪ੍ਰੋਬਲਮ ਨਾ ਆਵੇ। ਜਿਹੜਾ ਇੱਕ ਕਲਰ ਆ ਉਹਦੇ ਕਰਕੇ ਜਿਹੜੇ ਟਰੈਕਟਰ ਕੰਪਨੀ ਵੇਟ ਆਉਂਦੇ ਨੇ ਉਹ ਹਿੱਲਦੇ ਨੇ, ਉਹਨਾਂ ਦੀ ਉਹ ਵਾਈਬ੍ਰੇਸ਼ਨ ਵੀ ਕਰਦੇ ਨੇ, ਜਾਂ ਟਰੈਕਟਰ ਚੱਲਦਾ ਨਾ ਕੰਮ ਖੇਤੀ 'ਚ ਤਾਂ ਵਾਈਬ੍ਰੇਸ਼ਨ ਵੀ ਕਰਦੇ ਨੇ, ਬਟ ਆਪਣੇ ਵਾਲੇ ਨਹੀਂ ਕਰਦੇ। ਹੁਣ ਜਿੱਥੇ ਹੋ ਗਏ ਠੀਕ ਆ ਜੀ, ਅਤੇ ਰੰਗ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ, ਸ਼ੋਅ ਨਾਲ ਦਾ ਕਰਾਇਆ, ਜੇ ਕਿਸੇ ਮੇਰੇ ਭਰਾ ਨੇ ਇੰਜਣ ਨਾਲ ਦਾ ਕਰਾਉਣਾ ਉਹ ਵੀ ਕਰਾ ਸਕਦਾ, ਫਾਈਬਰ ਹੁੱਡ ਨੂੰ ਕੋਈ ਵਾਈਟ ਲਵਾਉਣੀ ਆ ਕਿਸੇ ਨੇ ਵਾਈਟ ਵੀ ਲਾ ਸਕਦੇ ਆ, ਠੀਕ ਆ ਜੀ। ਸਾਰੀਆਂ ਆਪਾਂ ਤਾਂ ਜੋ ਕਸਟਮਰ ਦੀ ਡਿਮਾਂਡ ਆ ਉਹੀ ਆਪਾਂ ਪੂਰੀ ਕਰ ਦੇਣੀ ਆ, ਠੀਕ ਆ ਜੀ। ਅਤੇ ਇਹ ਆਪਣੀ ਵੀਡੀਓ ਸੀ, ਅਤੇ ਪੂਰੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ। ਅਤੇ ਹੁਣ ਆਪਾਂ ਜਿਹਨਾਂ ਦੇ ਬਾਈਆਂ ਟਰੈਕਟਰ ਉਹਨਾਂ ਨੂੰ ਪੁੱਛਦੇ ਹਾਂ ਉਹਨਾਂ ਨੂੰ ਆਪਣਾ ਇਹ ਕੰਮ ਕਿੱਦਾਂ ਦਾ ਲੱਗਿਆ। ਹਾਂਜੀ ਵੀਰ, ਉਹਨਾਂ ਦੇ ਟਰੈਕਟਰ ਰੈਡੀ ਹੋ ਚੁੱਕੇ ਨੇ, ਅਤੇ ਕਿੱਦਾਂ ਦਾ ਇਹਨਾਂ ਨੂੰ ਕੰਮ ਲੱਗਿਆ, ਠੀਕ ਹੈ ਜੀ। ਇਹਨਾਂ ਨੇ ਆਪਣੇ ਕੋਲ ਵੀਡੀਓ ਦੇਖ ਕੇ ਔਡਰ ਕਰੇ, ਅਤੇ ਆਪਾਂ ਨੇ ਘਰ ਆ ਕੇ ਦੋਨੋਂ ਟਰੈਕਟਰ ਤਿਆਰ ਕਰਤੇ, ਫੁੱਲ ਮੋਡੀਫਾਈ ਹੋ ਗਿਆ ਆਪਣੇ ਕੋਲ ਓਕੇ ਆ। ਅਤੇ ਭਰਾ ਨੂੰ ਪੁੱਛਦੇ ਹਾਂ ਕੀ ਨਾਮ ਇਹਨਾਂ ਦਾ, ਕੀ ਇਹਦਾ ਪਿੰਡ ਆ, ਅਤੇ ਕੰਮ ਇਹਨਾਂ ਨੂੰ ਕਿੱਦਾਂ ਲੱਗਿਆ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਈ ਜੀ। ਵੀ ਜੀ, ਤੁਸੀਂ ਆਰਡਰ ਕਰਿਆ ਸਾਡੇ ਕੋਲ ਟਰੈਕਟਰਾਂ ਦਾ ਮੋਡੀਫਾਈ ਦਾ, ਸਾਰਾ ਫਰੰਟ ਵੇਟ ਅਤੇ ਫਾਈਬਰ ਹੁੱਡ, ਅਤੇ ਆਪਣਾ ਪਿੰਡ ਅਤੇ ਨਾਮ, ਅਤੇ ਤੁਹਾਨੂੰ ਕੰਮ ਸਾਡਾ ਕਿੱਦਾਂ ਲੱਗਿਆ। ਨਾਮ ਹੈਗਾ ਵੀਰੇ ਰਾਜਕਰਨ ਧਾਲੀਵਾਲ, ਪਿੰਡ ਹੈਗਾ ਜੀ ਲਖਮੀਰ ਵਾਲਾ, ਸੁਨਾਮ ਆਪਣੂੰ ਤਹਿਸੀਲ ਪੈ ਜਾਂਦੀ ਆ, ਜ਼ਿਲ੍ਹਾ ਸੰਗਰੂਰ ਹੈ ਜੀ। ਅਤੇ ਕੰਮ ਵੀਰੇ ਆਪਣਾ ਬਹੁਤ ਤਸੱਲੀ ਬਖਸ਼ ਹੋ ਗਿਆ, ਜਿਵੇਂ ਵੀਡੀਓ 'ਚ ਦੇਖਿਆ ਸੀਗਾ ਉਸ ਤੋਂ ਵਧੀਆ ਹੀ ਹੋ ਗਿਆ, ਅਤੇ ਤੁਹਾਨੂੰ ਐਡਵਾਂਸ ਪੈਸੇ ਵੀ ਪਾਏ ਸੀ ਬਾਈ, ਉਹ ਵੀ ਕੋਈ ਫਰੋਡ ਵਾਲਾ ਕੰਮ ਨਹੀਂ ਹੈਗਾ, ਕੰਮ ਬਹੁਤ ਵਧੀਆ ਹੋ ਗਿਆ। ਟਰੈਕਟਰ ਆਪਾਂ ਬਾਈ ਨੇ ਲਾਤਾ, ਠੀਕ ਆ, ਸਾਰਾ ਕੁਝ ਓਕੇ ਹੋ ਗਿਆ, ਤੇ ਹੁਣ ਆਪਾਂ ਚੱਲੇ ਘਰ ਨੂੰ। ਇਹ ਸੀ ਅੱਜ ਆਪਣੀ ਵੀਡੀਓ, ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਜੇ ਮਹਿੰਦਰਾ ਲਵਰ ਹੁਣ ਕਿਵੇਂ ਲੱਗੀ ਲੁੱਕ, ਠੀਕ ਆ ਜੀ, ਵੀਡੀਓ ਸ਼ੇਅਰ ਕਰ ਦਿਓ। ਜਿਹੜੇ ਭਰਾ ਨੇ ਸਬਸਕ੍ਰਾਈਬ ਨਹੀਂ ਕਰਿਆ ਹੋਇਆ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ, ਅਤੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਅਤੇ ਨਵੇਂ ਟਰੈਕਟਰ ਦੇ ਨਾਲ ਜੀ। ਥੈਂਕ ਯੂ ਸੋ ਮੱਚ ਪੂਰੀ ਵੀਡੀਓ ਦੇਖਣ ਲਈ ਜੀ।